ਬਰਨਾਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਾਂਗਰਸ ਤੋਂ ਉਮੀਦਵਾਰ ਕਾਲਾ ਢਿੱਲੋਂ ਦੀ ਜਿੱਤ ਜਿਹੜੀ ਕਿ ਉਹ ਪ੍ਰਾਪਤ ਹੋਈ ਹੈ ਅਤੇ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਸ਼ਨ ਹੈ ਉਹ ਮਨਾਇਆ ਜਾ ਰਿਹਾ ਤਾਂ ਵਰਕਰ ਇੱਥੇ ਇਕੱਠੇ ਹੋਏ ਹੋਏ ਨੇ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਉਹ ਕਰਾਂਗੇ ਅਤੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੋਏ ਵੀ ਨਜ਼ਰ ਆ ਰਹੇ ਆ। ਤਾਂ ਮੈਮ ਕਿਵੇਂ ਦੇਖਦੇ ਹੋ ਵੱਡੀ ਜਿਹੜੀ ਕਿ ਜਿੱਤ ਆਮ ਆਦਮੀ ਪਾਰਟੀ ਦੇ ਗੜ੍ਹ ਦੇ ਵਿੱਚ ਕੀਤੀ ਹੈ? ਇਹ ਬਹੁਤ ਵਧੀਆ, ਮੰਨ ਲਓ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਉਹਨਾਂ ਨੇ ਇੱਕ ਵੱਡੀ ਲੀਡ ਦੇ ਨਾਲ, ਮੰਨ ਲਓ ਇੱਕ ਗੜ੍ਹ ਸੀਗਾ ਆਮ ਆਦਮੀ ਪਾਰਟੀ ਦਾ, ਉਹ ਗੜ੍ਹ ਦੀ ਸ਼ੁਰੂਆਤ ਮੰਨ ਲਓ ਜਿੱਥੋਂ ਵੀ ਹੁੰਦੀ ਸੀ ਬਰਨਾਲਾ ਸੰਗਰੂਰ ਜ਼ਿਲ੍ਹੇ ਤੋਂ ਹੁੰਦੀ ਸੀ, ਅੱਜ ਕਾਂਗਰਸ ਦੀ 2027 ਦੀ ਉਹ ਸ਼ੁਰੂਆਤ ਮੰਨ ਲਓ ਬਰਨਾਲੇ ਜ਼ਿਲ੍ਹੇ ਤੋਂ ਹੋ ਸਕੀ ਹੈ। ਸੋ ਮੈਂ ਧੰਨਵਾਦ ਕਰ ਰਹੀ ਅਕਾਲ ਪੁਰਖ ਦਾ ਔਰ ਸਾਡੇ ਸਾਰੇ ਸਮੂਹ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਲੀਡ ਦੇ ਵਿੱਚ ਸਾਡੀ ਸਹਾਇਤਾ ਕੀਤੀ ਹੈ। ਤਾਂ ਬਾਈ ਜੀ ਮੁਕਾਬਲਾ ਕਿਵੇਂ ਦੇਖਦੇ ਹੋ ਬਰਨਾਲੇ 'ਚ? ਮੁਕਾਬਲਾ ਬਾਈ ਇੱਕ ਤਰਫਾ ਹੀ ਹੋਇਆ ਇੱਕ ਹਿਸਾਬ ਨਾਲ, ਅਤੇ ਇੱਕ ਸਰਕਾਰ ਤੋਂ ਹਰ ਵਰਗ ਦੁਖੀ ਸੀ, ਕਿਸਾਨ ਮੰਡੀਆਂ 'ਚ ਰੁਲ ਰਹੇ ਸੀ ਬਾਈ ਜੀ, ਅਤੇ ਬਾਕੀ ਵਰਕਰਾਂ ਨੇ ਇਕਜੁੱਟ ਹੋ ਕੇ ਚੋਣ ਲੜੀਆਂ ਬਾਈ। ਰਾਤ ਨੂੰ ਵਰਕਰ 2 ਘੰਟੇ ਮਸਾਂ ਸੌਂਦੇ ਸੀ, ਬਹੁਤ ਵਧੀਆ ਸੀਗਾ ਰਿਸਪੋਂਸ, ਅਤੇ ਜਿਸਦੇ ਘਰ ਜਾਂਦੇ ਕੋਈ ਬੰਦੇ ਨੇ ਤਾਂ ਸਾਨੂੰ ਐਂ ਕਿਹਾ ਹੀ ਨਹੀਂ ਵੀ ਅਸੀਂ ਸਰਕਾਰ ਪਾਰਟੀ ਦੇ ਕਾਲੇ ਢਿੱਲੋਂ ਦੇ ਖਿਲਾਫ ਹੈ। ਹਰ ਇਨਸਾਨ ਦੀ ਆਵਾਜ਼ ਸੀ ਬਾਈ ਕਾਂਗਰਸ ਪਾਰਟੀ ਨੂੰ ਵੋਟ ਪਾਉਣੀ ਹੈ। ਅਸੀਂ ਬਾਈ ਜੀ ਕੀ ਲੱਗਦਾ ਕਿਹੜਾ ਫੈਕਟਰ ਇਸ ਵਾਰ ਚੱਲਦਾ ਹੋਇਆ ਨਜ਼ਰ ਆਇਆ? ਮੂਡ ਤੇ ਲਾ ਇਧਰ ਮੂਡ ਤੇ। ਸਭ ਤੋਂ ਵੱਡਾ ਫੈਕਟਰ ਤਾਂ ਇਹ ਹੈ ਕਿ ਕਿਸਾਨੀ ਜੀ ਜਿਹੜੀ ਮੰਡੀਆਂ ਦੇ ਵਿੱਚ ਰੋਲ ਲਈ, ਇਹਨਾਂ ਨੇ ਇਹ ਸੀਗਾ ਵੀ ਅਸੀਂ ਕਿਸੇ ਕੋਈ ਧਰਨੇ ਨਹੀਂ ਲੱਗਾ ਦੇਵਾਂਗੇ, ਪਰ ਜਿੰਨੇ ਧਰਨੇ ਇਸ ਸਰਕਾਰ ਵਿੱਚ ਲੱਗੇ ਮੈਨੂੰ ਨਹੀਂ ਲੱਗਦਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਧਰਨੇ ਲੱਗੇ ਹੋਣਗੇ। ਬਾਈ ਜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ ਪਾਰਟੀ ਨੇ, ਤਾਂ ਕਿਵੇਂ ਦੇਖਦੇ ਹੋ? ਅਸੀਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਕਾਂਗਰਸ ਵਰਕਰ ਕਾਂਗਰਸ ਪਾਰਟੀ ਦੇ ਯੋਧੇ ਆ, ਅਸੀਂ ਉਹਨਾਂ ਸਾਰਿਆਂ ਦਾ ਪਹਿਲਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ 24 ਘੰਟੇ ਕਾਲਾ ਢਿੱਲੋਂ ਲਈ ਇੱਕ ਕਰਤਾ, ਕਿਉਂਕਿ ਕਾਲਾ ਢਿੱਲੋਂ ਇੱਕ ਵਰਕਰ ਦੇ ਤੌਰ 'ਤੇ ਸੀ, ਉਹ ਸਾਡੇ ਨਾਲ ਦਰੀਆਂ ਵਸਾਉਂਦਾ ਰਿਹਾ, ਸਾਡੇ ਨਾਲ ਧਰਨਿਆਂ 'ਤੇ ਜਾਂਦਾ ਰਿਹਾ, ਉਹਨੇ ਕਾਂਗਰਸ ਇੱਕਮੁੱਠ ਕਰੀ, ਕਾਂਗਰਸ ਇੱਕਮੁੱਠ ਕਰਨ ਤੋਂ ਬਾਅਦ ਵਰਕਰ ਇਕੱਠੇ ਹੋਏ, ਵਰਕਰਾਂ ਨੇ ਦੱਸਤਾ ਵੀ ਏਕੇ ਵਿੱਚ ਜਾਣ ਹੁੰਦੀ ਹੈ, ਵਰਕਰਾਂ ਨੇ ਇੱਕ ਦਿਨ ਪੁਰ ਰਾਤ ਇੱਕ ਕਰਕੇ ਚੋਣ ਲੜੀ ਅਤੇ ਉਹਨਾਂ ਨੇ ਕਾਲਾ ਢਿੱਲੋਂ ਢਿੱਲੋਂ ਕਰਾਈ, ਕਿਉਂਕਿ ਜਿਹੜੀ ਝਾੜੂ ਦੀ ਕਹਿੰਦੀ ਰਾਜਧਾਨੀ ਹੈ ਇਹ, ਉਹਨਾਂ ਨੂੰ ਪਤਾ ਵੀ ਕਾਂਗਰਸ ਹੀ ਵਰਕਰਾਂ ਦੇ ਵਿੱਚ ਏਕਾ ਸੀ ਤਾਂ ਝਾੜੂ ਦੀ ਰਾਜਧਾਨੀ ਖਲਿਆਰਤੀ, ਝਾੜੂ ਅੱਜ ਤੀਲਾ ਤੀਲਾ ਕਰਤਾ, ਅੱਜ ਕਾਲਾ ਢਿੱਲੋਂ ਨੇ ਦੁਬਾਰੇ ਪੰਜਾ ਦਾ ਬਾਰਡਰ ਉੱਪਰ ਆਇਆ, ਕਾਲਾ ਢਿੱਲੋਂ ਜਿੰਦਾਬਾਦ ਹੋਈ ਹੈ। ਤਾਂ ਬਿਲਕੁਲ ਵਰਕਰਾਂ ਦੇ ਵਿੱਚ ਬੇਹੱਦ ਖੁਸ਼ੀ ਹੈ ਜਿਹੜੀ ਕਿ ਉਹ ਦੇਖਣ ਨੂੰ ਮਿਲ ਰਹੀ ਹੈ। ਤਾਂ ਕਿਹਾ ਜਾ ਰਿਹਾ ਕਿ ਬਰਨਾਲਾ ਜੋ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਸੀ ਤਾਂ ਉਸ ਦੇ ਵਿੱਚ ਹੁਣ ਕਾਂਗਰਸ ਨੇ ਸਨਮਾਰੀ ਕੀਤੀ ਹੈ ਤਾਂ ਜਿੱਤ ਪ੍ਰਾਪਤ ਕੀਤੀ ਹੈ। ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ ਬਰਨਾਲਾ। ਬਰਨਾਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਾਂਗਰਸ ਤੋਂ ਉਮੀਦਵਾਰ ਕਾਲਾ ਢਿੱਲੋਂ ਦੀ ਜਿੱਤ ਜਿਹੜੀ ਕਿ ਉਹ ਪ੍ਰਾਪਤ ਹੋਈ ਹੈ ਤਾਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਸ਼ਨ ਹੈ ਉਹ ਮਨਾਇਆ ਜਾ ਰਿਹਾ ਤਾਂ ਵਰਕਰ ਇੱਥੇ ਇਕੱਠੇ ਹੋਏ ਹੋਏ ਨੇ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਉਹ ਕਰਾਂਗੇ ਅਤੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੋਏ ਵੀ ਨਜ਼ਰ ਆ ਰਹੇ ਆ। ਤਾਂ ਮੈਮ ਕਿਵੇਂ ਦੇਖਦੇ ਹੋ ਵੱਡੀ ਜਿਹੜੀ ਕਿ ਜਿੱਤ ਆਮ ਆਦਮੀ ਪਾਰਟੀ ਦੇ ਗੜ੍ਹ ਦੇ ਵਿੱਚ ਕੀਤੀ ਹੈ? ਇਹ ਬਹੁਤ ਵਧੀਆ, ਮੰਨ ਲਓ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਉਹਨਾਂ ਨੇ ਇੱਕ ਵੱਡੀ ਲੀਡ ਦੇ ਨਾਲ, ਮੰਨ ਲਓ ਇੱਕ ਗੜ੍ਹ ਸੀਗਾ ਆਮ ਆਦਮੀ ਪਾਰਟੀ ਦਾ, ਉਹ ਗੜ੍ਹ ਦੀ ਸ਼ੁਰੂਆਤ ਮੰਨ ਲਓ ਜਿੱਥੋਂ ਵੀ ਹੁੰਦੀ ਸੀ ਬਰਨਾਲਾ ਸੰਗਰੂਰ ਜ਼ਿਲ੍ਹੇ ਤੋਂ ਹੁੰਦੀ ਸੀ, ਅੱਜ ਕਾਂਗਰਸ ਦੀ 2027 ਦੀ ਉਹ ਸ਼ੁਰੂਆਤ ਮੰਨ ਲਓ ਬਰਨਾਲੇ ਜ਼ਿਲ੍ਹੇ ਤੋਂ ਹੋ ਸਕੀ ਹੈ। ਸੋ ਮੈਂ ਧੰਨਵਾਦ ਕਰ ਰਹੀ ਅਕਾਲ ਪੁਰਖ ਦਾ ਔਰ ਸਾਡੇ ਸਾਰੇ ਸਮੂਹ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਲੀਡ ਦੇ ਵਿੱਚ ਸਾਡੀ ਸਹਾਇਤਾ ਕੀਤੀ ਹੈ। ਤਾਂ ਬਾਈ ਜੀ ਮੁਕਾਬਲਾ ਕਿਵੇਂ ਦੇਖਦੇ ਹੋ ਬਰਨਾਲੇ 'ਚ? ਮੁਕਾਬਲਾ ਬਾਈ ਇੱਕ ਤਰਫਾ ਹੀ ਹੋਇਆ ਇੱਕ ਹਿਸਾਬ ਨਾਲ, ਅਤੇ ਇੱਕ ਸਰਕਾਰ ਤੋਂ ਹਰ ਵਰਗ ਦੁਖੀ ਸੀ, ਕਿਸਾਨ ਮੰਡੀਆਂ 'ਚ ਰੁਲ ਰਹੇ ਸੀ ਬਾਈ ਜੀ, ਅਤੇ ਬਾਕੀ ਵਰਕਰਾਂ ਨੇ ਇੱਕਜੁੱਟ ਹੋ ਕੇ ਚੋਣ ਲੜੀਆਂ ਬਾਈ। ਰਾਤ ਨੂੰ ਵਰਕਰ 2 ਘੰਟੇ ਮਸਾਂ ਸੌਂਦੇ ਸੀ, ਬਹੁਤ ਵਧੀਆ ਸੀਗਾ ਰਿਸਪੋਂਸ, ਅਤੇ ਜਿਸਦੇ ਘਰ ਜਾਂਦੇ ਕੋਈ ਬੰਦੇ ਨੇ ਤਾਂ ਸਾਨੂੰ ਐਂ ਕਿਹਾ ਹੀ ਨਹੀਂ ਵੀ ਅਸੀਂ ਸਰਕਾਰ ਪਾਰਟੀ ਦੇ ਕਾਲੇ ਢਿੱਲੋਂ ਦੇ ਖਿਲਾਫ ਹੈ। ਹਰ ਇਨਸਾਨ ਦੀ ਆਵਾਜ਼ ਸੀ ਬਾਈ ਕਾਂਗਰਸ ਪਾਰਟੀ ਨੂੰ ਵੋਟ ਪਾਉਣੀ ਹੈ। ਅਸੀਂ ਬਾਈ ਜੀ ਕੀ ਲੱਗਦਾ ਕਿਹੜਾ ਫੈਕਟਰ ਇਸ ਵਾਰ ਚੱਲਦਾ ਹੋਇਆ ਨਜ਼ਰ ਆਇਆ? ਮੂਡ ਤੇ ਲਾ ਇਧਰ ਮੂਡ ਤੇ। ਸਭ ਤੋਂ ਵੱਡਾ ਫੈਕਟਰ ਤਾਂ ਇਹ ਹੈ ਕਿ ਕਿਸਾਨੀ ਜੀ ਜਿਹੜੀ ਮੰਡੀਆਂ ਦੇ ਵਿੱਚ ਰੋਲ ਲਈ, ਇਹਨਾਂ ਨੇ ਇਹ ਸੀਗਾ ਵੀ ਅਸੀਂ ਕਿਸੇ ਕੋਈ ਧਰਨੇ ਨਹੀਂ ਲੱਗਾ ਦੇਵਾਂਗੇ, ਪਰ ਜਿੰਨੇ ਧਰਨੇ ਇਸ ਸਰਕਾਰ ਵਿੱਚ ਲੱਗੇ ਮੈਨੂੰ ਨਹੀਂ ਲੱਗਦਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਧਰਨੇ ਲੱਗੇ ਹੋਣਗੇ। ਬਾਈ ਜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ ਪਾਰਟੀ ਨੇ, ਤਾਂ ਕਿਵੇਂ ਦੇਖਦੇ ਹੋ?
ਅਸੀਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਕਾਂਗਰਸ ਵਰਕਰ ਕਾਂਗਰਸ ਪਾਰਟੀ ਦੇ ਯੋਧੇ ਆ, ਅਸੀਂ ਉਹਨਾਂ ਸਾਰਿਆਂ ਦਾ ਪਹਿਲਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ 24 ਘੰਟੇ ਕਾਲਾ ਢਿੱਲੋ ਲਈ ਇੱਕ ਕਰਤਾ, ਕਿਉਂਕਿ ਕਾਲਾ ਢਿੱਲੋ ਇੱਕ ਵਰਕਰ ਦੇ ਤੌਰ 'ਤੇ ਸੀ, ਉਹ ਸਾਡੇ ਨਾਲ ਦਰੀਆਂ ਵਸਾਉਂਦਾ ਰਿਹਾ, ਸਾਡੇ ਨਾਲ ਧਰਨਿਆਂ 'ਤੇ ਜਾਂਦਾ ਰਿਹਾ, ਉਹਨੇ ਕਾਂਗਰਸ ਇਕਮੁੱਠ ਕਰੀ, ਕਾਂਗਰਸ ਇਕਮੁੱਠ ਕਰਨ ਤੋਂ ਬਾਅਦ ਵਰਕਰ ਇਕੱਠੇ ਹੋਏ, ਵਰਕਰਾਂ ਨੇ ਦੱਸਤਾ ਵੀ ਏਕੇ ਵਿੱਚ ਜਾਣ ਹੁੰਦੀ ਹੈ, ਵਰਕਰਾਂ ਨੇ ਇੱਕ ਦਿਨ ਪੁਰ ਰਾਤ ਇੱਕ ਕਰਕੇ ਚੋਣ ਲੜੀ ਅਤੇ ਉਹਨਾਂ ਨੇ ਕਾਲਾ ਢਿੱਲੋ ਢਿੱਲੋ ਕਰਾਈ, ਕਿਉਂਕਿ ਜਿਹੜੀ ਝਾੜੂ ਦੀ ਕਹਿੰਦੀ ਰਾਜਧਾਨੀ ਆ ਇਹ, ਉਹਨਾਂ ਨੂੰ ਪਤਾ ਵੀ ਕਾਂਗਰਸ ਹੀ ਵਰਕਰਾਂ ਦੇ ਵਿੱਚ ਏਕਾ ਸੀ ਤਾਂ ਝਾੜੂ ਦੀ ਰਾਜਧਾਨੀ ਖਲਿਆਰਤੀ, ਝਾੜੂ ਅੱਜ ਤੀਲਾ ਤੀਲਾ ਕਰਤਾ, ਅੱਜ ਕਾਲਾ ਢਿੱਲੋ ਨੇ ਦੁਬਾਰੇ ਪੰਜਾਬ ਦਾ ਬਾਰਡਰ ਉੱਪਰ ਆਇਆ, ਕਾਲਾ ਢਿੱਲੋ ਜਿੰਦਾਬਾਦ ਹੋਈ ਹੈ। ਤਾਂ ਬਿਲਕੁਲ ਵਰਕਰਾਂ ਦੇ ਵਿੱਚ ਬੇਹੱਦ ਖੁਸ਼ੀ ਹੈ ਜਿਹੜੀ ਕਿ ਉਹ ਦੇਖਣ ਨੂੰ ਮਿਲ ਰਹੀ ਹੈ। ਤਾਂ ਕਿਹਾ ਜਾ ਰਿਹਾ ਕਿ ਬਰਨਾਲਾ ਜੋ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਸੀ ਤਾਂ ਉਸ ਦੇ ਵਿੱਚ ਹੁਣ ਕਾਂਗਰਸ ਨੇ ਸਨਮਾਰੀ ਕੀਤੀ ਹੈ ਤਾਂ ਜਿੱਤ ਪ੍ਰਾਪਤ ਕੀਤੀ ਹੈ। ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ, ਦੈਨਿਕ ਸਵੇਰਾ, ਬਰਨਾਲਾ।